ਜਲੰਧਰ 'ਚ ਵਿਦਿਆਰਥੀਆਂ ਵੱਲੋਂ ਐਚ ਐਮ ਵੀ ਕਾਲਜ, ਖਾਲਸਾ ਕਾਲਜ ਅਤੇ ਸੀ ਟੀ ਇੰਸਟੀਚਿਊਟ ਦੇ ਬਾਹਰ ਪੋਸਟ ਮੈਟ੍ਰਿਕ ਸਕੋਲਰਸ਼ਿਪ ਫੀਸ ਸੰਬੰਧੀ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਸੜਕ 'ਤੇ ਭਾਰੀ ਜਾਮ ਲੱਗ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਾਲਜ ਪ੍ਰਸ਼ਾਸਨ ਵੱਲੋਂ ਐਸ ਸੀ ਅਤੇ ਬੀ ਸੀ ਵਿਦਿਆਰਥੀਆਂ ਨੂੰ ਫੀਸਾਂ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਗੱਲ ਇਹ ਹੋਈ ਆ ਕਿ ਹੁਣ ਡੇਢ ਡੇਢ ਲੱਖ ਰੁਪਈਆ ਵਿਦਿਆਰਥੀਆਂ ਤੋਂ ਐਟ ਏ ਟਾਈਮ ਮੰਗ ਲਿਆ ਆ, ਜਦਕਿ ਸਰਕਾਰ ਸਾਨੂੰ ਕਹਿੰਦੀ ਪੋਸਟ ਮੈਟ੍ਰਿਕ ਦੇ ਬੱਚੇ ਜਿਹੜੇ ਪੜ੍ਹਦੇ ਐਸ ਸੀ ਬੀ ਸੀ ਵਿਦਿਆਰਥੀ, ਉਹਨਾਂ ਨੇ ਇੱਕ ਰੁਪਈਆ ਨਹੀਂ ਦੇਣਾ, ਪਰ ਹੁਣ ਉਹਨਾਂ ਤੋਂ ਡੇਢ ਡੇਢ ਲੱਖ ਰੁਪਈਆ ਮੰਗਿਆ ਗਿਆ ਆ। ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਵਿਦਿਆਰਥੀ ਇੱਕ ਰੁਪਈਆ ਦੇ ਨਹੀਂ ਸਕਦੇ, ਨਾ ਦੇਣ ਨੂੰ ਤਿਆਰ ਆ। ਅਤੇ ਇਹ ਅਸੀਂ ਇਸ ਕਰਕੇ ਆਪਣੇ ਹੱਕਾਂ ਲਈ, ਆਪਣੇ ਆਵਾਜ਼ ਲਈ ਇਹ ਧਰਨਾ ਲਗਾਇਆ ਆ। ਔਰ ਜਦ ਤੱਕ ਐਸ ਡੀ ਐਮ ਸਾਹਿਬ ਵੀ ਆਏ ਆ, ਉਹਨਾਂ ਨੇ ਆਸ਼ਵਾਸਨ ਦਿੱਤਾ ਆ ਜੇਕਰ ਕੋਈ ਸਾਡੇ ਮਸਲੇ ਦਾ ਉਹ ਹੱਲ ਕਰਦੇ ਆ ਤਾਂ ਠੀਕ ਆ, ਨਹੀਂ ਤਾਂ ਜਿਹੜਾ ਸਾਡਾ ਧਰਨਾ ਇੱਦਾਂ ਹੀ ਜਾਰੀ ਰਹੂਗਾ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰ ਦਿੱਤਾ ਜਾਏਗਾ। ਜੀ ਆਪਣੇ ਬੱਚਿਆਂ ਦੀ ਸਕਾਲਰਸ਼ਿਪ ਸਕੀਮ ਨੇ ਜੀ, ਜਿਹੜੇ ਆਪਣੀ ਸਰਕਾਰ ਵੱਲੋਂ ਇਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਸੀਗੀ, ਉਹਨਾਂ ਦੇ ਫੀਸ ਦੀ ਡਿਪੋਜ਼ਿਟ ਰਿਗਾਰਡਿੰਗ ਹੈਗੀ ਹੈ ਜੀ। ਕੁਛ ਇਹਨਾਂ ਦੇ ਆਪਸੀ ਜਿਹੜੇ ਹੈਗੇ ਕਲੀਅਰੈਂਸ ਨਹੀਂ ਹੋ ਸਕੀਆਂ ਹੈਗੀਆਂ, ਜੋ ਕਿ ਕਾਲਜ ਵੱਲੋਂ ਕੁਛ ਹੋਰ ਹੈ ਜੀ ਅਤੇ ਬੱਚਿਆਂ ਦੀ ਮੰਗਾਂ ਕੁਛ ਹੋਰ ਨੇ। ਜਿਹਦੇ ਸੰਬੰਧੀ ਆਪਣੀ ਸਿਵਲ ਪ੍ਰਸ਼ਾਸਨ ਨਾਲ ਵੀ ਟਾਈ ਅਪ ਕੀਤਾ ਗਿਆ ਜੀ, ਅਤੇ ਇਹਨਾਂ ਦੀ ਕਿ ਜਲਦ ਹੀ ਆਪਾਂ ਵਿਦਨ ਫਿਊ ਡੇਜ਼ ਦੋ ਤਿੰਨ ਦਿਨਾਂ 'ਚ ਇਹਨਾਂ ਦੀ ਮੀਟਿੰਗ ਕਰਵਾ ਕੇ, ਕਿਉਂਕਿ ਸੋ ਦੈਟ ਕਿ ਜਿਹੜੀ ਹਰ ਜਿਹੜੀ ਉਹ ਸਮੈਸਟਰ ਪ੍ਰੋਬਲਮ ਆਉਂਦੀ ਉਹਨੂੰ ਇੱਕ ਪੱਕੇ ਤੌਰ 'ਤੇ ਜਿਹੜਾ ਹੱਲ ਕੀਤਾ ਜਾਵੇ ਅਤੇ ਜਿਹੜੇ ਬੱਚੇ ਆਪਣੀ ਚੰਗੀ ਤਰ੍ਹਾਂ ਪੜ੍ਹਾਈ ਅੱਗੇ ਕੰਟੀਨਿਊ ਕਰ ਸਕਣ। ਉੱਥੇ ਦੂਜੇ ਪਾਸੇ ਜਦੋਂ ਕਾਲਜ ਪ੍ਰਸ਼ਾਸਨ ਨਾਲ ਇਸ ਮਸਲੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਵੱਲੋਂ ਕਾਲਜ ਨੂੰ ਕੋਈ ਪੈਸਾ ਨਹੀਂ ਆ ਰਿਹਾ, ਜਿਸ ਕਰਕੇ ਕਾਲਜ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਉਹਨਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਦੇਖੋ ਜੀ, ਮਾਮਲਾ ਇੱਦਾਂ ਹੈ ਜੀ, ਅਸੀਂ ਬੱਚਿਆਂ ਨੂੰ ਰਿਕੁਐਸਟ ਮੋਡ 'ਚ ਚੱਲ ਰਹੇ ਹਾਂ ਕਿ ਸਾਨੂੰ 2017 ਤੋਂ ਆਨਵਰਡ ਸਾਨੂੰ ਪੈਸੇ ਨਹੀਂ ਆ ਰਹੇ ਗਵਰਨਮੈਂਟ ਵੱਲੋਂ, ਅਤੇ ਅਸੀਂ ਬੱਚਿਆਂ ਨੂੰ ਇੱਕ ਰਿਕੁਐਸਟ ਕਰ ਰਹੇ ਹਾਂ ਕਿ ਹੁਣ ਜਿੰਨਾ ਸਾਡੇ ਕੋਲ ਸੀਗਾ ਅਸੀਂ ਹੈਂਡਲ ਕਰ ਚੁੱਕੇ ਹਾਂ, ਹੁਣ ਸਾਡੇ ਕੋਲ ਨੈਕਸਟ ਹੈਂਡਲ ਕਰਨਾ ਮੁਸ਼ਕਿਲ ਹੋ ਰਿਹਾ ਡਿਊ ਟੂ ਸਾਡੇ ਫਾਈਨੈਂਸ ਇਸ਼ੂ ਕਰਕੇ। ਅਸੀਂ ਬੱਚਿਆਂ ਨੂੰ ਇਹ ਰਿਕੁਐਸਟ ਕਰ ਰਹੇ ਹਾਂ ਕਿ ਬੇਟਾ ਤੁਸੀਂ ਆਪਣੀਆਂ ਇੰਸਟਾਲਮੈਂਟ ਬਣਾ ਲਓ, ਕੋਈ 5,000 ਦੇ ਸਕਦਾ, ਕੋਈ 10 ਦੇ ਸਕਦਾ, ਜਿੰਨਾ ਵੀ ਕਿਹਦੀ ਕਪੈਸਿਟੀ ਹੈ ਉਹ ਸਾਡਾ ਇੰਸਟਾਲਮੈਂਟ ਬਣਾ ਲਏ, ਠੀਕ ਹੈ, ਅਸੀਂ ਉਹਦੇ ਅਕੋਰਡਿੰਗਲੀ ਆਪਾਂ ਐਕਟ ਕਰ ਲਾਂਗੇ। ਉਹਦੇ ਨਾਲ ਕੀ ਹੋਏਗਾ ਕਿ ਬੱਚੇ 'ਤੇ ਵੀ ਬਰਡਨ ਨਹੀਂ ਰਹੇਗਾ ਅਤੇ ਸਾਡੇ 'ਤੇ ਵੀ ਬਰਡਨ ਨਹੀਂ ਆਏਗਾ, ਅਸੀਂ ਲੋਕ ਵੀ ਥੋੜ੍ਹਾ ਥੋੜ੍ਹਾ ਕਰਕੇ ਮੂਵ ਕਰਨਾ ਸ਼ੁਰੂ ਕਰ ਦਾਂਗੇ। ਅਸੀਂ ਬੱਚਿਆਂ ਨੂੰ ਇਹ ਵੀ ਕਹਿ ਰਹੇ ਹਾਂ ਜੇ ਸਪੋਜ਼ ਬੱਚਾ ਸਾਨੂੰ 5,000 ਮਹੀਨਾ ਜਮ੍ਹਾਂ ਕਰਾਈ ਜਾਂਦਾ, 4 ਮਹੀਨੇ ਉਹਨੇ 20,000 ਰੁਪਏ ਸਾਨੂੰ ਜਮ੍ਹਾਂ ਕਰਾ ਤਾ, ਅਤੇ ਜਦੋਂ ਕੱਲ੍ਹ ਨੂੰ ਪੈਸੇ ਟ੍ਰਾਂਸਫਰ ਹੁੰਦੇ ਨੇ ਅਤੇ ਉਹ ਸਾਨੂੰ 20,000 ਰੁਪਇਆ ਰੱਖ ਕੇ ਅਤੇ ਬਾਕੀ ਪੈਸੇ ਜਮ੍ਹਾਂ ਕਰਾ ਦੇ, ਆਪਾਂ ਉਹਨਾਂ ਨੂੰ ਰਿਸਿਪਟ ਦੇਣ ਨੂੰ ਵੀ ਤਿਆਰ ਹਾਂ। ਅਸੀਂ ਬੱਚਿਆਂ ਨੂੰ ਸਿਰਫ ਰਿਕੁਐਸਟ ਮੋਡ ਦੇ ਵਿੱਚ ਆਪਣੀ ਪ੍ਰੋਬਲਮ ਦੱਸੀ ਹੈ ਸਰ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5,00,000 ਰੁਪਏ ਦੇ ਵਿੱਚ, 5,00,000 ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5,00,000 ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to savdan, specialist Vashikaran, satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free 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 Mia Rafiq Mohammed, mobile 84374 94647 84374 94648।